ਤੇ ਜੀਓ ਟੀਵੀ ਲਾਓ ਨਾ, ਜੀਓ ਟੀਵੀ ਤੇਰੇ ਵਰਗੇ ਇਰਾਕੀ ਜਿਹੜੇ ਨੇ ਨਾ ਗੁਆਂਢੀਆਂ ਦਾ ਫਰਨੀਚਰ ਚੁੱਕ ਕੇ ਨੱਸਣ ਦੇ ਹੁੰਦੇ ਨੇ। ਸ਼ੈਤਾਨ ਦਾ ਮੁੰਡਾ ਜੀ ਛੁੱਟੀਆਂ ਮਨਾਉਣ ਆਇਆ। ਇਹ ਮਾਈ ਮੁਖਤਾਰਾ ਦਾ ਮੁੰਡਾ ਸ਼ੈਤਾਨ ਨੂੰ ਲੱਭਣ ਆਇਆ। ਡਾਕਟਰ ਮੈਨੂੰ ਕੀ ਪੜਾਇਆ, ਕੀ ਤਾਲੀਮ ਦਿੱਤੀ, ਕੀ ਪੜਾਇਆ ਮੈਨੂੰ ਡਾਕਟਰ? ਬੋਲਦਾ ਕਿਉਂ ਨੀ ਸਦਾਮ ਦੀਆਂ ਸ਼ਿਕਾਇਤਾਂ ਬੁਸ਼ ਨੂੰ ਲਾਉਣ ਵਾਲਿਆ? ਮੇਲਿਆਂ ਦੇ ਵਿੱਚ ਇਹੋ ਜਿਹੇ ਗੱਤੇ ਦੇ ਬੰਦੇ ਮਿਲਦੇ, ਵਿੱਚ ਤੀਲਾ ਦਿੱਤਾ ਹੁੰਦਾ, ਤੀਲਾ ਹਲਾ ਉਹ ਤੋਂ ਕਰਦਾ। ਉਹ ਮੈਂ ਕਿਹਾ ਇੰਜ ਕਿਉਂ ਕਰਨ ਲਿਆ, ਕਹਿੰਦਾ ਹੁਣ ਐਡਾ ਤੀਲਾ ਦਿੱਤਾ ਮੈਂ ਐਵੇਂ ਨਾ ਕਰਾਂ। ਜ਼ਿੰਦਗੀ ਕਾ ਹਮ ਸਫ਼ਰ ਤਲਾਸ਼ ਕਰ ਰਹੇ ਹੈ। ਨਹੀਂ ਮਿਲਿਆ? ਨਹੀਂ। ਹਾਲ ਰੋਡ ਤੇ ਗਈ ਹੈ? ਆਤਿਸ਼ਬਾਜ਼ੀ ਕਰੀਏ, ਇਹਨਾਂ ਦੋ ਦੇ ਮੂੰਹ ਫੜ ਕੇ ਰਗੜੋ, ਅੱਗ ਨਿਕਲੇਗੀ ਦੇਖ। ਮੁਟਿਆਰੇ ਬਾਂਕੀ ਨਾਰੇ ਬੰਦਾ ਟਾਈਮ ਕੱਢ ਕੇ ਤੈਨੂੰ ਚਪੇੜਾ ਮਾਰੇ। ਉਹ ਨਹੀਂ ਚੌਰੀ ਜੀ, ਬਾਬੇ ਹੁਣ ਦਾ ਖੂਨ ਬੰਦ ਹੋ ਗਿਆ ਜੀ। ਉਹ ਕਿਸ ਤਰ੍ਹਾਂ ਕੀਤੇ? ਉਹ ਤੁਹਾਡੀ ਨਵੀਂ ਪੈਂਟ ਨਹੀਂ ਸੀ, ਉਹਨੂੰ ਸਾੜ ਕੇ ਉਹਦੀ ਸਵਾਹ ਬਣਾ ਕੇ ਬਾਬੇ ਦੇ ਜ਼ਖਮ ਦੇ ਉੱਤੇ ਰੱਖੀ ਹੈ, ਖੂਨ ਰੁਕ ਗਿਆ। ਹਾਏ ਲਾ, ਸਾਨੂੰ ਪਤਾ ਹੀ ਨਹੀਂ ਇਸ ਤਰ੍ਹਾਂ ਵੀ ਰੁਕ ਜਾਂਦਾ ਹੈ। ਚੱਲ ਚੱਲ, ਕਿੱਥੇ? ਅੰਦਰ ਚੱਲ। ਅੰਦਰ ਚੱਲ, ਕੋਈ ਨਵੀਂ ਗੱਲ ਕਰ, ਸਾਨੂੰ ਤਾਂ ਜਿਹੜਾ ਮਿਲਦਾ ਇਹੋ ਹੀ ਕਹਿੰਦਾ। ਮੁਬਾਰਕ ਹੋਏ ਤੇਰੀ ਬੀਵੀ ਦੇ ਘਰ ਪੁੱਤਰ ਹੋਇਆ। ਇਹ ਦਾਈ ਨੂੰ ਕਹਿੰਦਾ ਤੂੰ ਮੇਰੀ ਬੀਵੀ ਨਾ ਦੱਸੀ, ਉਹਨੂੰ ਮੈਂ ਸਰਪ੍ਰਾਈਜ਼ ਦਿਆਂਗਾ। ਬੈਠੋ 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 ਲਿਆ ਡੱਲ। ਇੰਨੇ ਗਾਣੇ ਮੰਗਵਾਉਣਾ, ਤੇਰੀ ਭੈਣ ਪੈਪਸੀ ਵਾਲੇ ਨਾਲ ਵਿਆਹੀ। ਚੋਈ ਸਾਹਿਬ, ਇਹ ਤੁਹਾਡੀ ਮੰਗੇਤਰ? ਉਹ ਪਰ ਦਫਾ ਵੀ ਹੋਵੇ। ਮੈਂ ਕਿਹਾ ਤੁਸੀਂ ਕਿਹਾ ਹੋਣਾ, ਭਾਵੇਂ ਗੋਲਡੀ ਹੋਵੇ ਭਾਵੇਂ ਕੇਟੂ, ਕੱਢਣਾ ਤੇ ਤੂੰ ਹੀ ਹੈ।